सब्सक्राइब करो दिव्य पंजाब टीवी अते बेल आइकन नु प्रेस करो नवीआं अते ताजीआं खबरां वेखण। मैं प्रण करदा करदी हां के मैं पंजाब सरकार वल्लों नशियां विरुद्ध चलाई जा रही मुहिम विच वध चढ़ के योगदान पावांगा। पंजाब नूं नशा मुक्त करन दी मुहिम तहत गुरदासपुर दे एसएसपी सरदार रजिंदर सिंह सोहल दे दिशा निर्देशां दे तहत अज कलानौर दे कम्युनिटी हैल्थ सेंटर दे विच सेहत विभाग अते पुलिस प्रशासन ने मिलके नशाखोरी अते तस्करी विरुद्ध अंतरराष्ट्रीय दिवस मनाया। इस मौके ते सिविल अस्पताल कलानौर दे एसएमओ डॉक्टर लखविंदर सिंह अटवाल अते पुलिस प्रशासन वल्लों डीएसपी भरत भूषण सहनी दी रहनुमाई हेठ सहुं चुक समागम भी करवाया गया, जिस दे विच कलानौर हस्पताल दे ओड सेंटर दे विच नशे दीआं दवाईआं लैणा नशेड़ियां नूं वी इस सहुं चुक समागम दे विच शामिल कीता गया अते उहनां नूं वी नशा ना करन दी सहुं चुकाई गई। इस मौके एसएचओ कलानौर अमनदीप सिंह रंधावा ते सब इंस्पैक्टर मैडम अमृतपाल कौल भी हाजिर सन। अज असीं सेहत महकमा ते पुलिस डिपार्टमेंट दोने इकट्ठे जिहड़ा इंटरनेशनल डे अगेंस्ट ड्रग अब्यूज एंड इलिसिट ट्रैफिकिंग ਆਪਾਂ ਸੈਲੀਬ੍ਰੇਟ ਕੀਤਾ ਸੀ ਅਸੀਂ ਕਲਾਨੌਰ ਦੇ ਵਿੱਚ, ਔਰ ਇਹ ਜਿਹੜਾ ਦਿਨ ਆ ਹਰ ਸਾਲ 26 ਜੂਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ, ਔਰ ਇਸ ਸਾਲ ਜਿਹੜਾ ਇਹਦਾ ਥੀਮ ਆ ਇਸ ਦਿਨ ਦਾ ਉਹ ਹੈ ਬੈਟਰ ਨੌਲੇਜ ਬੈਟਰ ਕੇਅਰ। ਮਤਲਬ ਇਹ ਕਿ ਸਾਨੂੰ ਨਸ਼ਿਆਂ ਦੇ ਜਿਹੜੇ ਬੈਡ ਇਫੈਕਟਸ ਹੈਗੇ ਆ ਜਿਹੜੇ ਪਰਿਵਾਰ ਤੋਂ ਸ਼ੁਰੂ ਹੋ ਕੇ ਸਮਾਜ ਦੇਸ਼ ਤੱਕ ਜਾਂਦੇ ਨੇ ਉਹਨਾਂ ਦੇ ਪ੍ਰਤੀ ਪੂਰਾ ਜਾਗਰੂਕ ਹੋਣਾ, ਔਰ ਅਸੀਂ ਇਹਨਾਂ ਮਾੜੇ ਜਿਹੜੇ ਇਫੈਕਟਸ ਹੈਗੇ ਨਸ਼ੇ ਦੇ ਇਹਨਾਂ ਤੋਂ ਆਪਣੀ ਜਨਰੇਸ਼ਨ ਨੂੰ ਦੂਰ ਰੱਖਣ ਵਾਸਤੇ ਕੀ ਕਰਨਾ, ਇਸ ਸੰਬੰਧ ਵਿੱਚ ਇਹ ਜਿਹੜਾ ਦਿਨ ਹੈ ਆਪਾਂ ਹਰ ਸਾਲ ਸੈਲੀਬ੍ਰੇਟ ਕਰਦੇ ਹਾਂ। ਅੱਜ ਅਸੀਂ ਇਹ ਦਿਨ ਜਿਹੜਾ ਆਪਣੇ ਪੀਅਰ ਐਜੂਕੇਟਰਸ ਦੇ ਨਾਲ ਜਿਹੜੇ ਸਾਡੇ ਓਡ ਸੈਂਟਰ ਦੇ ਵਿੱਚ ਡਰੱਗ ਲੈਣ ਆਉਂਦੇ ਸੀ ਉਹਨਾਂ ਲੋਕਾਂ ਦੇ ਨਾਲ ਅਸੀਂ ਸੈਲੀਬ੍ਰੇਟ ਕੀਤਾ, ਔਰ ਬਕਾਇਦਾ ਅਸੀਂ ਇੱਕ ਕਸਮ ਤਿਆਰ ਕੀਤੀ ਸੀ ਜਿਹੜੀ ਕਿ ਪੀਅਰ ਐਜੂਕੇਟਰ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਔਰ ਨਾਲ ਜਿਹੜੇ ਸਾਡੇ ਡਰੱਗ ਡਿਕਟਰ ਜਿਹੜੇ ਸਾਡੇ ਓਡ ਸੈਂਟਰ ਤੋਂ ਮੈਡੀਸਨ ਲੈਂਦੇ ਨੇ ਉਹਨਾਂ ਨੂੰ ਵੀ ਇਹ ਕਸਮ ਦਵਾਈ ਹੈ। ਮੇਨ ਮਕਸਦ ਇਸ ਕੰਪੇਨ ਦਾ ਇਸ ਦਿਨ ਦਾ ਇਹ ਹੈ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਨਸ਼ਿਆਂ ਦੇ ਅਗੇਂਸਟ ਜਾਗਰੂਕ ਕਰੀਏ ਤਾਂ ਕਿ ਅਸੀਂ ਇੱਕ ਜਿਹੜਾ ਸਿਹਤਮੰਦ ਸਮਾਜ ਆ ਉਹਦੀ ਸਿਰਜਣਾ ਕਰ ਸਕੀਏ, ਔਰ ਇਹਦੇ ਨਾਲ ਹੀ ਅਸੀਂ ਲੋਕਾਂ ਨੂੰ ਇਹ ਵੀ ਵਾਰ ਵਾਰ ਵੀ ਜਦੋਂ ਪਿੰਡਾਂ ਵਿੱਚ ਕੈਂਪ ਵੀ ਲਾਉਂਦੇ ਹਾਂ ਇਸ ਦਿਨ ਤੋਂ ਇਲਾਵਾ ਉਦੋਂ ਵੀ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਨਸ਼ਿਆਂ ਦੇ ਕਿਵੇਂ ਕੀ ਬੈਡ ਇਫੈਕਟਸ ਨੇ, ਜਿਵੇਂ ਕਿ ਫਿਜੀਕਲ ਜਿਹੜੀ ਹੈ ਉਹ ਡਿਪੈਂਡੈਂਸ ਹੁੰਦੀ ਹੈ, ਜਿਹੜਾ ਲੋਕ ਨਸ਼ਾ ਲੈਂਦੇ ਉਹ ਨਸ਼ੇ ਤੋਂ ਬਿਨਾਂ ਰਹਿ ਨਹੀਂ ਸਕਦੇ, ਫਿਰ ਮੈਂਟਲ ਐਡਿਕਸ਼ਨ ਹੋ ਜਾਂਦੀ ਹੈ, ਕਈ ਲੋਕ ਸਟ੍ਰੈਸ ਵਿੱਚ ਆ ਕੇ ਥੋੜ੍ਹਾ ਬਹੁਤਾ ਨਸ਼ਾ ਲੈਂਦੇ ਆ ਬਾਅਦ 'ਚੋਂ ਕੰਟੀਨਿਊਸ ਉਸ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ, ਔਰ ਇੱਥੋਂ ਤੱਕ ਕਿ ਫਿਰ ਉਹ ਆਪਣੇ ਨਸ਼ੇ ਨੂੰ ਪੂਰਾ ਕਰਨ ਵਾਸਤੇ ਕਈ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਜਿਹੜੇ ਸਾਡੀ ਸੁਸਾਇਟੀ ਨੂੰ ਜਿਹੜਾ ਉਹ ਨੁਕਸਾਨ ਹੁੰਦਾ। ਇੱਥੋਂ ਤੱਕ ਕਿ ਆਪਾਂ ਦੇਖਿਆ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਓਵਰਡੋਜ ਨਾਲ, ਨਸ਼ੇ ਦੀ ਓਵਰਡੋਜ ਨਾਲ ਕਈ ਯੂਥ ਸਾਡੇ ਜਿਹੜੇ ਉਹਨਾਂ ਦੀਆਂ ਡੈਥ ਹੁੰਦੀਆਂ ਨੇ, ਕਿੰਨੇ ਰੋਡ ਸਾਈਡ ਐਕਸੀਡੈਂਟ ਹੁੰਦੇ ਨੇ। ਸੋ ਇਹ ਸਾਰੇ ਉਹ ਪੁਆਇੰਟਸ ਨੇ ਜਿਹੜੇ ਸਾਨੂੰ ਇਹ ਸਿਖਾਉਂਦੇ ਨੇ ਕਿ ਜਿਹੜਾ ਨਸ਼ਾ ਆਪਾਂ ਨਹੀਂ ਕਰਨਾ, ਔਰ ਵੱਧ ਤੋਂ ਵੱਧ ਲੋਕਾਂ ਨੂੰ ਖਾਸ ਕਰਕੇ ਆਪਣੇ ਯੂਥ ਨੂੰ ਜਾਗਰੂਕ ਕਰਨਾ ਕਿ ਨਸ਼ਿਆਂ ਦੇ ਇਹ ਬੈਡ ਇਫੈਕਟਸ ਨੇ, ਅਤੇ ਆਪਾਂ ਆਪ ਹੀ ਨਹੀਂ ਕਿ ਆਪ ਨਸ਼ਾ ਨਹੀਂ ਕਰਨਾ ਸਗੋਂ ਦੂਸਰਿਆਂ ਨੂੰ ਵੀ ਆਪਾਂ ਮੋਟੀਵੇਟ ਕਰਕੇ ਨਸ਼ੇ ਤੋਂ ਰੋਕਣਾ। ਇਹ ਜਿਹੜਾ ਇਸ ਦਿਨ ਦਾ ਜਿਹੜਾ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ ਐਂਡ ਇਲੀਸਿਟ ਟ੍ਰੈਫਿਕਿੰਗ ਹੈ ਇਹਦਾ ਮੇਨ ਮਕਸਦ ਹੈ। ਇਹਦੇ ਨਾਲ ਹੀ ਜਿਹੜਾ ਵਰਲਡ ਆਉਂਦਾ ਇਲੀਸਿਟ ਟ੍ਰੈਫਿਕਿੰਗ, ਉਹਦੇ ਨਾਲ ਜਿਵੇਂ ਸਾਡੇ ਅੱਜ ਪੁਲਿਸ ਡਿਪਾਰਟਮੈਂਟ ਦਾ ਬੜਾ ਵਧੀਆ ਸਹਿਯੋਗ ਰਿਹਾ, ਇਹਨਾਂ ਬੜਾ ਦਿਨ ਨੂੰ ਉਤਸ਼ਾਹ ਦੇ ਨਾਲ ਸਾਡੇ ਨਾਲ ਸੈਲੀਬ੍ਰੇਟ ਕੀਤਾ। ਔਰ ਜਿਹੜੀ ਇਲੀਸਿਟ ਟ੍ਰੈਫਿਕਿੰਗ ਹੈ ਇਹਦੇ ਵਿੱਚ ਸਾਡੀ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਬੜਾ ਅੱਛਾ ਰੋਲ ਅਦਾ ਕਰ ਰਹੀ ਹੈ, ਕਿੰਨਾ ਜਿਹੜਾ ਡਰੱਗ ਟ੍ਰੇਡ ਸੀ ਸਾਡੀ ਪੰਜਾਬ ਪੁਲਿਸ ਨੇ ਉਹਨੂੰ ਰੋਕਿਆ, ਔਰ ਮੈਂ ਇਹਨਾਂ ਲਈ ਰੀਅਲੀ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਆਪਣੇ ਪੁਲਿਸ ਪਰਸਨਲ ਨੂੰ ਕਿ ਵਾਕਿਆ ਦੇ ਆਰ ਡੂਇੰਗ ਏ ਵੈਰੀ ਗੁੱਡ ਜੋਬ। ਔਰ ਅੱਜ ਦੇ ਦਿਨ 'ਤੇ ਸਗੋਂ ਇੱਕ ਫਿਰ ਸਾਨੂੰ ਰਿਮਾਈਂਡਰ ਮਿਲ ਗਿਆ ਕਿ ਆਪਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਜਿਹੜਾ ਇਲੀਗਲ ਡਰੱਗ ਟ੍ਰੇਡ ਹੋ ਰਿਹਾ ਉਹਨੂੰ ਵੀ ਰੋਕਣਾ। ਥੈਂਕ ਯੂ।
अज 26 जून इंटरनेशनल ड्रग अब्यूज का जोड़ा प्रोग्राम पंजाब सरकार वालों जो शुरू किया गया सी। इस दे विच असी SMO साहब नाल मिल के जो ओट सेंटर के अडिक्ट जोड़े रोजाना जो अपना दवाइया लैन आते हैं उन्होंने अच्छ शब्द दवाई है कि मैं रन करता हाँ कि मैं अगे तो जोड़ा आ ड्रग्स नहीं लवेंगा। इस तो अलावा असी जोड़े जूस आ उन्होंने बुला के भी शब्द दवाई है कि अगे तो असी कभी भी ड्रग्स नहीं लाँगे। इस तो बाद साडा प्रोग्राम है आप जोरावर सिंह स्कूल के जाके एक ड्रग अगेंस्ट जोड़ा है एसे राइटिंग का कंपीटिशन करवा रहे हैं। इस तो अलावा जोड़ा एक पेंटिंग का कंपीटिशन करा रहे हैं जिंदे ड्रग्स के अगेंस्ट जोड़े आ पेंटिंग्स के फस्ट सैकेंड थर्ड चुन के बच्चे उन्होंने प्राइज वगैरह दिता जाएगा। सर स्कूलों के बच्चे ने ये स्कूलों के बच्चे भी है जी हेल्थ डिपार्टमेंट रिलेटेड भी सी। कलानौर तो दीपक की रिपोर्ट दिव्या पंजाब टीवी।